ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਡੇ ਲਈ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ PSTCL ਵੱਲੋਂ ਕੱਢ ਦਿੱਤਾ ਗਿਆ ਹੈ। ਜੀ ਹਾਂ ਦੋਸਤੋ, ਬਹੁਤ ਹੀ ਵਧੀਆ ਓਪਨਿੰਗ ਹੈ, 800 ਤੋਂ ਉੱਪਰ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਮੈਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗਾ। ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਔਰ ਅਗਰ ਤੁਸੀਂ ਫਸਟ ਟਾਈਮ ਸਾਡੇ ਚੈਨਲ 'ਤੇ ਆ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਆਈਕਨ ਵੀ ਦਬਾ ਦੇਣਾ। ਉਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਿਹਾ ਕਰੇਗਾ ਔਰ ਤੁਸੀਂ ਸਮਾਂ ਰਹਿੰਦੇ ਉਹਨੂੰ ਅਪਲਾਈ ਕਰ ਪਾਓਗੇ। ਔਰ ਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜੇ ਕਿ ਆਊਟ ਕਰ ਦਿੱਤੇ ਗਏ ਨੇ ਸੈਂਟਰ, ਸਟੇਟ ਜਾਂ ਪ੍ਰਾਈਵੇਟ ਜਾਂ ਸੈਮੀ ਗਵਰਨਮੈਂਟ ਵੱਲੋਂ, ਤਾਂ ਤੁਸੀਂ ਉਹਦੇ ਲਈ ਜਿਹੜਾ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਜੋ ਕਿ www.glory.com ਹੈ। ਉੱਥੇ ਜਾ ਕੇ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਮਿਲ ਜਾਏਗਾ ਔਰ ਤੁਸੀਂ ਉੱਥੇ ਸਮਾਂ ਰਹਿੰਦੇ ਉਹਨੂੰ ਅਪਲਾਈ ਵੀ ਕਰ ਪਾਓਗੇ ਵਿਦ ਪ੍ਰੋਪਰ। ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਜਾਂਦੀ ਹੈ, ਅਫੀਸ਼ੀਅਲ ਨੋਟੀਫਿਕੇਸ਼ਨ ਪਲੱਸ ਅਪਲਾਈ ਕਰਨ ਦਾ ਲਿੰਕ। ਸੋ ਤੁਸੀਂ ਸਾਨੂੰ ਜੁੜੇ ਰਹਿਣਾ ਸਾਡੇ ਨਾਲ, ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਣਾ। ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ 'ਤੇ ਜਿਹੜਾ ਕਿ ਆਊਟ ਕਰ ਦਿੱਤਾ ਗਿਆ ਹੈ। ਇਹਦੇ ਵਿੱਚ ਜਿਹੜੀ ਰਿਕਰੂਟਮੈਂਟ ਆਊਟ ਕੀਤੀ ਗਈ ਹੈ ਜੀ, ਉਹ ਹੈ ਲਾਈਨਮੈਨ। ਲਾਈਨਮੈਨ ਦੀ ਰਿਕਰੂਟਮੈਂਟ ਆਊਟ ਹੋਈ ਹੈ। ਇਸ ਦੇ ਵਿੱਚ ਪਟਿਆਲਾ ਲੋਕੇਸ਼ਨ ਪੰਜਾਬ ਦੇ ਵੱਲੋਂ ਦੇ ਲਈ ਜਿਹੜੀਆਂ ਨੇ ਰਿਕਰੂਟਮੈਂਟ ਕੱਢੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਅਪਲਾਈ ਕਿੱਦਾਂ ਕਰਨਾ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਲਿੰਕ ਦਿੱਤਾ ਹੋਏਗਾ ਜੋ ਕਿ ਤੁਹਾਨੂੰ ਸਾਡੀ ਵੈਬਸਾਈਟ ਦਾ ਮਿਲੇਗਾ ਇਸ ਵੀਡੀਓ ਡਿਸਕ੍ਰਿਪਸ਼ਨ। ਤੁਸੀਂ ਉਸ 'ਤੇ ਕਲਿੱਕ ਕਰ ਦਿਓ, ਤੁਹਾਡੇ ਕੋਲ ਜਿਹੜੀ ਹੈ ਇੱਕ ਤੁਸੀਂ ਨਵੀਂ ਪੋਸਟ ਦੇ ਉੱਪਰ ਪਹੁੰਚ ਜਾਓਗੇ। ਉਹਦੇ ਵਿੱਚ ਲਾਸਟ ਵਿੱਚ ਲਿੰਕਸ ਅਵੇਲੇਬਲ ਨੇ, ਤੁਸੀਂ ਉਹਨਾਂ ਵਿੱਚੋਂ ਅਪਲਾਈ ਔਨਲਾਈਨ ਵਾਲੇ ਲਿੰਕ 'ਤੇ ਕਲਿੱਕ ਕਰਨਾ ਹੈ ਤਾਂ ਤੁਹਾਡੇ ਕੋਲ ਇੱਦਾਂ ਦਾ ਕੁਝ ਇੰਟਰਫੇਸ ਜਿਹੜਾ ਹੈ ਉਹ ਓਪਨ ਹੋ ਜਾਏਗਾ। ਇਹ ਇੰਟਰਫੇਸ ਦੇ ਵਿੱਚ ਸਿੰਪਲੀ ਤੁਹਾਡੇ ਕੋਲ ਅਪਲਾਈ ਫੋਰ ਦਿਸ ਓਪਰਚੁਨਿਟੀ ਦੀ ਆਪਸ਼ਨ ਜਿਹੜੀ ਹੈ ਉਹ ਆ ਰਹੀ ਹੋਏਗੀ। ਇਹਦੇ ਲਈ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ। ਜਿੱਦਾਂ ਹੀ ਤੁਸੀਂ ਇਸ 'ਤੇ ਕਲਿੱਕ ਕਰਦੇ ਹੋ, ਇਹਦੇ ਲਈ ਤੁਹਾਨੂੰ ਜਿਹੜਾ ਹੈ ਉਹ ਮੰਗਿਆ ਜਾਏਗਾ ਕਿ ਤੁਸੀਂ ਲੌਗਇਨ ਕਰੋ ਇਸ ਤੋਂ ਲਈ। ਜਿੱਦਾਂ ਹੀ ਤੁਸੀਂ ਇਹਨੂੰ ਓਕੇ ਕਰਦੇ ਹੋ, ਓਕੇ ਕਰ ਦੋਗੇ, ਤੁਹਾਡੇ ਕੋਲ ਜਿਹੜਾ ਇੱਕ ਨਵਾਂ ਇੰਟਰਫੇਸ ਓਪਨ ਹੋਏਗਾ ਜਿਹੜਾ ਕਿ ਲੌਗਇਨ ਕਰਨ ਦਾ ਹੈ। ਲੌਗਇਨ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜੀ, ਜਾਂ ਤਾਂ ਤੁਹਾਡੇ ਕੋਲ ਆਲਰੇਡੀ ਤੁਸੀਂ ਰਜਿਸਟਰਡ ਹੋ ਤਾਂ ਤੁਸੀਂ ਸਿੰਪਲੀ ਆਪਣਾ ਯੂਜ਼ਰ ਨੇਮ ਪਾਸਵਰਡ ਫਿਲ ਕਰਕੇ ਜਿਹੜਾ ਉਹ ਭਰ ਸਕਦੇ ਹੋ। ਅਗਰ ਤੁਸੀਂ ਰਜਿਸਟਰਡ ਨਹੀਂ ਹੋ ਤਾਂ ਤੁਸੀਂ ਇਹਦੇ ਲਈ ਜਿਹੜਾ ਹੈ ਰਜਿਸਟ੍ਰੇਸ਼ਨ ਕਰਨੀ ਹੈ। ਉਹਦੇ ਲਈ ਤੁਹਾਨੂੰ ਜਾਣਾ ਪਏ ਰਜਿਸਟ੍ਰੇਸ਼ਨ ਆਪਸ਼ਨ 'ਤੇ, ਇੱਥੇ ਤੁਸੀਂ ਕਲਿੱਕ ਕਰਦੇ ਹੋ, ਤੁਹਾਨੂੰ ਆਪਣਾ ਮੋਬਾਈਲ ਨੰਬਰ, ਨਾਮ ਔਰ ਈਮੇਲ ਆਈਡੀ ਫਿਲ ਕਰਨੀ ਪੈਂਦੀ ਹੈ ਜਿਹਦੇ ਨਾਲ ਤੁਹਾਡਾ ਯੂਜ਼ਰ ਨੇਮ ਪਾਸਵਰਡ ਕ੍ਰੀਏਟ ਹੋ ਜਾਂਦਾ ਹੈ। ਉਸ ਤੋਂ ਬਾਅਦ ਸਿੰਪਲੀ ਤੁਸੀਂ ਇੱਥੇ ਜਾਣਾ ਨੀਚੇ, ਇਹਦੇ ਤੁਸੀਂ ਯੂਜ਼ਰ ਨੇਮ ਪਾਸਵਰਡ ਫਿਲ ਕਰਨ ਤੋਂ ਬਾਅਦ ਆਪਣਾ ਲੌਗਇਨ ਕਰ ਲੈਣਾ। ਤੁਸੀਂ ਅਗਰ ਤੁਹਾਡੇ ਕੋਲ ਲਿੰਕ ਐਕਟੀਵੇਟ ਨਹੀਂ, ਐਕਟੀਵੇਸ਼ਨ ਦਾ ਨਹੀਂ ਪਹੁੰਚਦਾ, ਇੱਥੇ ਰੀਸੈਂਟ ਐਕਟੀਵੇਸ਼ਨ ਲਿੰਕ ਦੀ ਜਿਹੜੀ ਹੈ ਉਹ ਆਪਸ਼ਨ ਤੁਹਾਡੇ ਕੋਲ ਆ ਰਹੀ ਹੋਏਗੀ, ਤੁਸੀਂ ਇਸ 'ਤੇ ਕਲਿੱਕ ਕਰ ਲੈਣਾ, ਤੁਹਾਡੇ ਕੋਲ ਦੁਬਾਰਾ ਤੋਂ ਜਿਹੜਾ ਹੈ ਨੋਟੀਫਿਕੇਸ਼ਨ ਰੀਸੈਂਟ ਹੋ ਜਾਏਗਾ। ਪਾਸਵਰਡ ਭੁੱਲ ਜਾਂਦੇ ਹੋ ਤਾਂ ਫੋਰਗੇਟ ਪਾਸਵਰਡ 'ਤੇ ਕਰਕੇ ਰੀਸੈਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਆਪਣੇ ਡਾਕੂਮੈਂਟਸ ਔਰ ਤੁਹਾਡੀ ਡਿਟੇਲ ਜਿਹੜੀ ਹੈ ਭਰਨੀ ਪਏਗੀ। ਜਿੱਦਾਂ ਤੁਸੀਂ ਪੂਰੀ ਫਿਲ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਡਾ ਅਪਲਾਈ ਹੋ ਜਾਏਗਾ। ਹੁਣ ਮੈਂ ਤੁਹਾਨੂੰ ਦੱਸਦਾ ਡਿਟੇਲ ਦੇ ਵਿੱਚ ਇਹ ਨੋਟੀਫਿਕੇਸ਼ਨ ਦੇ ਵਿੱਚ ਕੀ ਦੱਸਿਆ ਗਿਆ ਹੈ ਜੀ। ਜਿੱਦਾਂ ਕਿ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀਗਾ ਕਿ ਇਹ ਲਾਈਨਮੈਨ ਦੀਆਂ ਜਿਹੜੀਆਂ ਨੇ ਪੋਸਟਾਂ ਆਊਟ ਹੋਈਆਂ ਨੇ ਪਟਿਆਲਾ ਦੇ ਲਈ। ਇਸ ਦੇ ਵਿੱਚ ਅਗਰ ਅਸੀਂ ਜੋਬ ਡਿਸਕ੍ਰਿਪਸ਼ਨ ਦੀ ਗੱਲ ਕਰੀਏ ਤਾਂ ਲਾਈਨਮੈਨ ਦੀ ਪੋਸਟ ਰਹਿੰਦੀ ਹੈ ਤੁਹਾਡੀ, ਔਰ ਇਹ ਜਿਹੜੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਮਤਲਬ PSPCL ਵੱਲੋਂ ਆਊਟ ਕੀਤੀਆਂ ਗਈਆਂ ਨੇ। ਇਸਟੈਬਲਿਸ਼ਮੈਂਟ ਕੋਡ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਇਸ ਦੇ ਵਿੱਚ। ਤੁਸੀਂ ਸਭ ਕੁਝ ਚੈੱਕ ਕਰ ਸਕਦੇ ਹੋ ਕਿ ਰਜਿਸਟ੍ਰੇਸ਼ਨ ਟਾਈਪ ਕੀ ਰਹੇਗੀ, ਗਵਰਨਮੈਂਟ ਰਹੇਗੀ, ਵਰਕਿੰਗ ਡੇਜ਼ ਤੁਹਾਡੇ ਕੰਮ ਕਰਨ ਦੇ ਜਿਹੜੇ ਨੇ 6 ਡੇ ਵਰਕਿੰਗ ਹੋਏਗਾ, ਔਰ ਇੱਕ ਤੁਹਾਨੂੰ ਜਿਹੜਾ ਵੀਕਲੀ ਆਫ ਜਿਹੜਾ ਹੈ ਉਹ ਦਿੱਤਾ ਜਾਏਗਾ। ਇੱਥੇ ਉਹਨਾਂ ਨੇ ਐਡਰੈਸ ਵੀ ਮੈਂਸ਼ਨ ਕੀਤਾ ਹੋਇਆ ਹੈ, ਇਹਦੇ ਵਿੱਚ ਲਿਖਿਆ ਹੋਇਆ TTI ਕੰਪਲੈਕਸ ਸ਼ਕਤੀ ਵਿਹਾਰ PSPCL ਪਟਿਆਲਾ। ਠੀਕ ਹੈ ਜੀ, ਪਿੰਨ ਕੋਡ ਪਟਿਆਲਾ ਔਰ ਪਿੰਨ ਕੋਡ ਵੀ ਦਿੱਤਾ ਹੋਇਆ ਤੁਹਾਨੂੰ ਨਾਲ। ਇਸ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ, ਜਿਹੜੇ ਵੀ ਕੈਂਡੀਡੇਟ 8th ਪਾਸ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਜਿਹੜੀ ਇਹ ਤੜੀ ਜਿਹੜੀਆਂ ਪੋਸਟ ਆਊਟ ਹੋਈਆਂ ਲਾਈਨਮੈਨ ਅਪ੍ਰੈਂਟਿਸ ਦੀਆਂ, ਜਿਹੜੀਆਂ ਕਿ 25 ਮੰਥ ਦੀਆਂ ਡਿਊਰੇਸ਼ਨ ਰਹੇਗਾ। ਇਸ ਦੇ ਵਿੱਚ ਤੁਹਾਡੀ ਡੈਜ਼ੀਗਨੇਸ਼ਨ ਐਜ਼ ਅ ਲਾਈਨਮੈਨ ਰਹੇਗੀ ਜੋ ਕਿ ਇਲੈਕਟ੍ਰੀਕਲ ਹੋਏਗੀ, ਔਰ ਇਸ ਦੇ ਵਿੱਚ ਜਿਹੜੀ ਤੁਹਾਡੀ ਰਿਨਿਊਏਬਲ ਐਨਰਜੀ ਦੇ ਅੰਡਰ ਆਉਂਦਾ ਹੈ, ਔਰ ਇਸ ਦੇ ਵਿੱਚ ਜਿਹੜਾ ਤੁਹਾਡਾ ਟ੍ਰੇਨਿੰਗ ਟਾਈਮ ਰਹੇਗਾ ਉਹ ਤੁਹਾਨੂੰ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ 25 ਮੰਥ ਦਾ ਹੋਏਗਾ, ਔਰ ਬੇਸਿਕ ਟ੍ਰੇਨਿੰਗ ਹੋਏਗੀ ਤੁਹਾਡੀ ਜਿਹੜੀ ਕਿ ਔਨ ਜੋਬ ਟ੍ਰੇਨਿੰਗ ਹੁੰਦੀ ਹੈ। ਇਸ ਦੇ ਵਿੱਚ ਤੁਹਾਨੂੰ ਜਿੱਦਾਂ ਕਿ ਪਹਿਲਾਂ ਮੈਂ ਦੱਸ ਚੁੱਕਿਆ ਹੈ ਕਿ ਲਾਈਨਮੈਨ ਦੀ ਪੋਸਟ ਨੇ, ਟੋਟਲ ਨੰਬਰ ਆਫ ਓਪਨਿੰਗ 803 ਨੇ। ਸਟਾਈਫੰਡ ਅਮਾਊਂਟ ਜਿਹੜਾ ਤੁਹਾਨੂੰ 5000 ਤੋਂ ਲੈ ਕੇ 7700 ਰੁਪਇਆ ਦਿੱਤਾ ਜਾਏਗਾ। ਜੈਂਡਰ ਮਤਲਬ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ। ਐਜੂਕੇਸ਼ਨ ਕੁਆਲੀਫਿਕੇਸ਼ਨ ਦੱਸ ਚੁੱਕਾ ਹੈ ਜੀ। ਇਹ ਅਪ੍ਰੈਂਟਿਸ ਦੀਆਂ ਪੋਸਟਾਂ ਨੇ ਜਿਹਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਹਦੇ ਲਈ ਬਹੁਤ ਘੱਟ ਦੱਸਿਆ ਗਿਆ ਕਿਉਂਕਿ ਅਪ੍ਰੈਂਟਿਸ ਦੀਆਂ ਪੋਸਟਾਂ ਨੇ ਤਾਂ ਬਹੁਤ ਸਾਰੇ ਹੈ ਜਿਹੜੇ ਯੂਟਿਊਬਰਸ ਨੇ ਇਹਨੂੰ ਨਿਗਲੈਕਟ ਕਰ ਦਿੱਤਾ ਇਸ ਜੋਬ ਓਪਰਚੁਨਿਟੀ ਨੂੰ। ਸੋ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ ਤਾਂ ਕਿ ਜਿਹੜੇ ਵੀ ਕੈਂਡੀਡੇਟ
ਚਾਹੁੰਦੇ ਨੇ ਕੱਲ੍ਹ ਨੂੰ ਕਦੇ ਵੀ ਉਹ ਅਪਲਾਈ ਕਰਨਾ ਚਾਹੁਣ ਕਿਸੇ ਵੀ ਐਕਸਪੀਰੀਅੰਸ ਪੋਸਟ ਦੇ ਲਈ ਤਾਂ ਉਹ ਅਪਲਾਈ ਕਰ ਪਾਉਣ, ਕਿਉਂਕਿ ਜਿਹੜਾ ਅਪ੍ਰੈਂਟਿਸ ਦਾ ਤੁਹਾਡਾ ਸਰਟੀਫਿਕੇਟ ਹੁੰਦਾ ਹੈ ਔਰ ਤੁਹਾਡਾ ਜਿਹੜਾ ਟਾਈਮ ਪੀਰੀਅਡ ਹੈ ਉਹ ਐਜ਼ ਅ ਟ੍ਰੇਨਿੰਗ ਕਾਊਂਟ ਹੁੰਦੀ ਹੈ ਔਰ ਐਕਸਪੀਰੀਅੰਸ ਵੀ ਕਾਊਂਟ ਹੋ ਜਾਂਦਾ ਹੈ। ਸੋ ਤੁਸੀਂ ਇਹਦੇ ਵਿੱਚ ਜਿਹੜੀ ਤੁਹਾਨੂੰ ਸਟਾਈਫੰਡ ਅਮਾਊਂਟ ਸੈਲਰੀ ਵੀ ਮਿਲਦੀ ਹੈ ਬਹੁਤ ਵਧੀਆ 7700 ਰੁਪਏ ਤੱਕ, ਤਾਂ ਤੁਸੀਂ ਇਹਦੇ ਵਿੱਚ ਸਿੱਖਣ ਨੂੰ ਵੀ ਮਿਲਦਾ ਹੈ ਔਰ ਤੁਹਾਡਾ ਜਿਹੜਾ ਜੋਬ ਵੀ ਕਾਊਂਟ ਹੋ ਜਾਂਦਾ ਹੈ। ਸੋ ਤੁਸੀਂ ਇਹਦੇ ਲਈ ਅਪਲਾਈ ਕਰੋ ਅਗਰ ਤੁਸੀਂ ਐਲੀਜੀਬਲ ਹੋ। ਅਗਰ ਤੁਸੀਂ ਐਲੀਜੀਬਲ ਨਹੀਂ ਹੋ, ਤੁਹਾਡੇ ਕੋਈ ਦੋਸਤ ਜਾਂ ਤੁਹਾਡੇ ਰਿਲੇਟਿਵ ਵਿੱਚ ਕੋਈ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ। ਅਗਰ ਤੁਹਾਨੂੰ ਅਪਲਾਈ ਕਰਨ ਦੇ ਵਿੱਚ ਕੋਈ ਵੀ ਦਿੱਕਤ ਆਏਗੀ ਮੈਨੂੰ ਜ਼ਰੂਰ ਕਮੈਂਟ ਕਰਨਾ, ਮੈਂ ਤੁਹਾਡੀ ਜ਼ਰੂਰ ਹੈਲਪ ਕਰਾਂਗਾ। ਬਟ ਇਹ 'ਚ ਸਿੰਪਲ ਹੈਗਾ ਹੈ ਜੀ ਕਿ ਤੁਸੀਂ ਇਹਨਾਂ ਦੇ ਪੋਰਟਲ ਦੇ ਉੱਪਰ ਜਾ ਕੇ ਰਜਿਸਟਰ ਕਰ ਲੈਣਾ ਹੈ ਔਰ ਬਾਕੀ ਫਰਦਰ ਕਮਿਊਨੀਕੇਸ਼ਨ ਤੁਹਾਨੂੰ ਮੋਬਾਈਲ ਨੰਬਰ ਜਾਂ ਈਮੇਲ ਆਈ ਡੀ ਦੇ ਉੱਪਰ ਆ ਜਾਂਦਾ ਹੈ। ਸੋ ਤੁਸੀਂ ਜਿਹੜਾ ਹੈ ਇਹਦੇ ਲਈ ਅਪਲਾਈ ਜ਼ਰੂਰ ਨਾਲ ਕਰ ਲੈਣਾ। ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੁੰਦੀ ਹੈ ਸਾਨੂੰ ਕਮੈਂਟ ਕਰੋ, ਅਸੀਂ ਤੁਹਾਡੇ ਲਈ ਜਿਹੜੀ ਹਰ ਤਰ੍ਹਾਂ ਦੀ ਹੈਲਪ ਜ਼ਰੂਰ ਕਰਾਂਗੇ। ਸੋ ਇਹ ਨੋਟੀਫਿਕੇਸ਼ਨ ਸੀਗਾ ਜੀ ਜਿਹੜਾ ਜੀ ਲਾਈਨਮੈਨ ਦਾ ਆਊਟ ਹੋਇਆ ਹੈ, ਲਾਈਨਮੈਨ ਅਪ੍ਰੈਂਟਿਸ ਦਾ। ਅਤੇ ਹੋਰ ਵੀ ਜੋਬ ਓਪਰਚੁਨਿਟੀਜ਼ ਲਈ ਚੈਨਲ ਨੂੰ ਸਬਸਕ੍ਰਾਈਬ ਰੱਖਿਓ। ਮੈਂ ਤੁਹਾਨੂੰ ਮਿਲਾਂਗਾ ਨਵੀਂ ਜੋਬ ਓਪਰਚੁਨਿਟੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।